ਦੇਖੋ ਅੱਜ ਜਿਹੜੀ SKM ਨੋਨ ਪੋਲੀਟੀਕਲ ਔਰ ਕਿਸਾਨ ਮਜ਼ਦੂਰ ਮੋਰਚੇ ਦਾ ਜੋ ਮੋਰਚਾ ਸਾਡਾ ਚੱਲ ਰਿਹਾ ਪਿਛਲੇ ਲਗਭਗ 4 ਮਹੀਨੇ ਹੋ ਚੱਲੇ ਨੇ, ਉਸ ਮੋਰਚੇ ਵੱਲੋਂ ਕੌਲ ਹੈ ਕਿ ਨਰਿੰਦਰ ਮੋਦੀ ਪੰਜਾਬ ਜਿੱਥੇ ਜਿੱਥੇ ਵੀ ਆਉਂਦਾ ਉਹਨੂੰ ਸਵਾਲ ਪੁੱਛੇ ਜਾਣੇ ਨੇ। ਕਿਉਂਕਿ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕਿੱਲਾਂ ਲਾ ਕੇ ਦੀਵਾਰਾਂ ਕਰਕੇ ਕੰਕਰੀਟ ਪਾ ਕੇ ਟੋਏ ਕੱਢ ਕੇ ਇਹ ਕਿਹੜੇ ਸੰਵਿਧਾਨ 'ਚ ਲਿਖਿਆ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਅੱਜ ਇਹ ਵੀ ਸਾਨੂੰ ਕਿਸਾਨਾਂ ਨੂੰ ਕਹਿੰਦੇ ਲੋਕਤੰਤਰ ਭੰਗ ਕਰਦੇ ਆ, ਇਹ ਕਿਹੜੇ ਲੋਕਤੰਤਰ 'ਚ ਲਿਖਿਆ, ਕਿਹੜੇ ਸੰਵਿਧਾਨ 'ਚ ਲਿਖਿਆ ਕਿ ਜਿਹੜੀਆਂ ਜਨਤਾ ਦੀਆਂ ਸੜਕਾਂ ਉਹਨਾਂ ਨੂੰ ਪੱਟ ਕੇ ਉਹਨਾਂ 'ਚ ਦੀਵਾਰਾਂ ਕਰਦੇ ਹੋ, ਕਿੱਲਾਂ ਕਰਦੇ ਹੋ ਤੇ ਲੋਕਾਂ 'ਤੇ ਗੋਲੀਆਂ ਚਲਾਓ ਆਪਣੇ ਦੇਸ਼ ਦਿਆਂ ਤੇ, ਨਿਹੱਥੇ ਲੋਕਾਂ 'ਤੇ ਉਹ ਵੀ, ਔਰ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਉਹਨਾਂ ਦੇ ਉੱਪਰ। ਸੋ ਸਾਡਾ ਲੜਕਾ ਸ਼ੋਭਨ ਸ਼ਹੀਦ ਕੀਤਾ, ਉਹਦੇ ਸਾਰੇ ਸਵਾਲ ਕਰਨੇ ਨਰਿੰਦਰ ਮੋਦੀ ਨੂੰ, ਉਹ ਸਵਾਲ ਕਰਨ ਵਾਸਤੇ ਜਿੱਥੇ ਨਰਿੰਦਰ ਮੋਦੀ ਪੰਜਾਬ 'ਚ ਆਏਗਾ ਉੱਥੇ ਹੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਨੂੰ ਸਵਾਲ ਕਰਨ ਜਾਣਗੀਆਂ। ਅੱਜ ਉਹਦਾ ਹਿੱਸਾ ਹੈ ਕਿ 30 ਤਰੀਕ ਨੂੰ ਅੱਜ ਹੁਸ਼ਿਆਰਪੁਰ ਨਰਿੰਦਰ ਮੋਦੀ ਇੱਥੇ ਆ ਰਿਹਾ ਹੁਣ 11 ਵਜੇ, ਸੋ ਉਹਨੂੰ ਅਸੀਂ ਸਵਾਲ ਕਰਨੇ ਨੇ, ਪਰ ਸਾਨੂੰ ਪ੍ਰਸ਼ਾਸਨ ਉੱਥੇ ਜਾਣ ਨਹੀਂ ਦੇ ਰਿਹਾ। ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਤਾਂ ਪੰਜਾਬ ਸਰਕਾਰ ਦਾ ਕਹਿਣਾ ਸੀਗਾ ਕਿ ਹਰਿਆਣਾ ਸਰਕਾਰ ਉਹਨਾਂ ਦੇ ਕਰ ਰਹੀ ਹੈ ਪ੍ਰਸ਼ਾਸਨ, ਪਰ ਅੱਜ ਤੱਕ ਕਿਸਾਨ ਪੰਜਾਬ ਦੇ ਵਿੱਚ ਹੀ ਬੈਠੇ ਨੇ, ਇਹਨਾਂ ਦੇ ਫੇਰ ਕਰਦੀ ਇਦਾਂ ਹੋ ਰਿਹਾ। ਦੇਖੋ ਸਿੱਧੀ ਗੱਲ, ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਅਮਿਤ ਸ਼ਾਹ, ਉਹਦੇ ਇਸ਼ਾਰੇ ਤੇ ਕਰ ਰਹੀ, ਕਿਉਂਕਿ ਬੀਜੇਪੀ ਦੀ ਸਰਕਾਰ ਕੇਂਦਰ 'ਚ, ਬੀਜੇਪੀ ਦੀ ਹਰਿਆਣੇ ਦੇ ਵਿੱਚ, ਸੋ ਇਹ ਗੱਲਾਂ ਕਰ ਰਹੇ ਨੇ। ਤੁਸੀਂ ਵੇਖੋ ਨਾ ਅੱਜ ਇਹਨਾਂ ਦਾ ਸੁਨੀਲ ਜਾਖੜ ਕੀ ਬੋਲਦਾ ਕਿਸਾਨਾਂ ਲਈ, ਉਹ ਕਦੇ ਤਾਂ ਦੱਸਦਾ ਵੀ ਇਹ ਰਾਜਨੀਤਿਕ ਪਾਰਟੀਆਂ ਦੇ ਨੇ, ਕਦੇ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹਨੇ, ਹੁਣ ਉਹ ਧਮਕੀਆਂ ਦੇ ਰਿਹਾ ਵੀ ਆਉਣ ਦਿਓ, ਇਹਨਾਂ ਨੂੰ ਦੇਖਾਂਗੇ ਮਗਰੋਂ ਇਹਨਾਂ ਦੀਆਂ ਇਨਕੁਆਰੀਆਂ ਖੋਲਾਂਗੇ। ਸੋ ਇਹ ਜਬਰ ਕਰਨਗੇ, ਇਹ ਨਤੀਜਾ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਦੇ ਜਿਸ ਪਾਰਟੀ ਦਾ ਇੱਕ ਫਕੀਰ, ਹੰਸਰਾਜ ਹੰਸ ਆਪਣੇ ਨੂੰ ਫਕੀਰ ਕਹਿ ਰਿਹਾ ਨਾ, ਫਕੀਰ ਤੇ ਜਿਹੜਾ ਕਹਿ ਰਿਹਾ ਮੈਂ ਗਰੀਬ ਹੈ, ਫਕੀਰ ਤੇ ਗਰੀਬ ਕਹਿੰਦਾ ਵੀ 2 ਤਰੀਕ ਆਉਣ ਦਿਓ ਫਿਰ ਮੇਰਾ ਛਿੱਤਰ ਵੇਖਿਓ, ਤੇ ਉਸ ਪਾਰਟੀ ਦੇ ਤੜੀ ਪਾਰ ਗੁੰਡੇ ਅਮਿਤ ਸ਼ਾਹ ਅਰਗੇ ਉਹ ਕੀ ਕਹਿਣਗੇ ਦੇਸ਼ ਦਾ ਹਾਲ, ਦੇਸ਼ ਦੇ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ। ਸੋ ਉਹੀ ਸਾਡੇ ਸਵਾਲ ਨੇ।